ਹਿਸਾਰ ਵਿੱਚ ਪਹਿਲੀ ਇਲੈਕਟ੍ਰੋਨਿਕ ਟ੍ਰੇਨ ਦੀ ਹੋਈ ਸ਼ੁਰੂਆਤ। ਹਿਸਾਰ ਦੇ ਲੋਕਾਂ ਨੂੰ ਤੇਜ਼ ਗਤੀ ਦੀ ਇਲੈਕਟ੍ਰੋਨਿਕ ਟ੍ਰੇਨ ਦੀ ਸੁਵਿਧਾ ਮਿਲੇਗੀ। ਹਿਸਾਰ ਰੇਲਵੇ ਸਟੇਸ਼ਨ 'ਤੇ ਪਹਿਲੀ ਇਲੈਕਟ੍ਰੋਨਿਕ ਟ੍ਰੇਨ ਦੀ ਸ਼ੁਰੂਆਤ ਅੱਜ ਤੋਂ ਕੀਤੀ ਗਈ। ਇਸ ਮੌਕੇ 'ਤੇ ਮਹਿੰਦਰ ਚੁੱਗ ਨੇ ਹਰੀ ਝੰਡੀ ਦੇ ਕੇ ਇਸ ਨੂੰ ਰਵਾਨਾ ਕੀਤਾ ਹੈ। ਅੱਜ ਹਿਸਾਰ 'ਤੇ ਹਮਾਰੀ ਪਹਿਲੀ ਗਾੜੀ 12556 ਇਲੈਕਟ੍ਰਿਕ ਪਾਵਰ ਸੇ ਹਿਸਾਰ ਸੇ ਗੋਰਖਪੁਰ ਚਲੇਗੀ, ਜੋ 4:40 ਪਰ ਸ਼ਾਮ ਕੋ 4:40 ਪਰ ਹਿਸਾਰ ਸੇ ਗੋਰਖਪੁਰ ਕੇ ਲੀਏ ਰਵਾਨਾ ਹੋਗੀ। ਔਰ ਹਮਾਰੇ ਹਿਸਾਰ ਵਾਸੀਓ ਕੇ ਲੀਏ ਇਹ ਬਹੁਤ ਗਰਵ ਔਰ ਖੁਸ਼ੀ ਕੀ ਬਾਤ ਹੈ ਕਿ ਹਿਸਾਰ ਕੋ ਪਹਿਲੀ ਗਾੜੀ ਜੋ ਹੈ ਗੋਰਖਪੁਰ ਕੇ ਲੀਏ ਇਲੈਕਟ੍ਰਿਕ ਪਾਵਰ ਸੇ ਮਿਲੀ। ਯਾਤਰੀਓ ਕੋ ਬਹੁਤ ਸੁਵਿਧਾ ਔਰ ਫਾਇਦਾ ਹੋਈ ਹੈ, ਸਮੇਂ ਕੀ ਬਚਤ ਹੋਈ ਹੈ, ਫਿਊਲਿੰਗ ਕੀ ਬਚਤ ਹੈ, ਔਰ ਜਲਦ ਸੇ ਜਲਦ ਯਾਤਰੀਓ ਕੋ ਔਰ ਵੀ ਗਾੜੀਆਂ ਜੋ ਹੈ ਇਲੈਕਟ੍ਰਿਕ ਪਾਵਰ ਸੇ ਹਮਾਰੇ ਹਿਸਾਰ ਸੇ ਮਿਲੇਗੀ। ਬਾਕੀ ਟ੍ਰੇਨੇ ਜੋ ਹੈ ਬਹੁਤ ਜਲਦ ਜਲਦ ਸੇ ਜਲਦ ਇਲੈਕਟ੍ਰਿਕ ਪਾਵਰ ਸੇ ਮਿਲਣੇ ਕੀ ਉਮੀਦ ਹੈ।